ਓ ਹੈਲੋ ਸ਼ੰਟੀ, ਕੀ ਹਾਲ ਹੈ ਬੰਟੀ ਭਾਜੀ? ਓ ਏਦਾਂ ਨਹੀਂ ਪੁੱਛ, ਹਾਊ ਯੂ ਡੂਇੰਗ? ਓ ਭਾਜੀ, ਅੰਗਰੇਜ਼ੀ ਕੇ ਪਿੱਛੇ ਕਿਉਂ ਪੜੇ ਹੋ ਅੱਜ? ਓ ਭਾਈ, ਮੈਨੇ ਜ਼ੀ5 ਪੇ ਆਜ ਫ੍ਰੈਂਡਸ ਰੀਯੂਨੀਅਨ ਨਾਮ ਕਾ ਸ਼ੋਅ ਦੇਖਾ। ਹਾਂ, ਫ੍ਰੈਂਡ ਸ਼ੋਅ ਕਾ ਦਾ ਰੀਯੂਨੀਅਨ ਐਪੀਸੋਡ ਦੇਖਾ ਹੋਗਾ ਆਪਨੇ। ਓ ਹਾਂ ਯਾਰ, ਬੜਾ ਫਨੀ ਸਾ ਸ਼ੋਅ ਲਗਾ ਮੇਰੇ ਕੋ। ਇਸ ਸ਼ੋਅ ਕੇ ਬਾਰੇ ਮੇਂ ਜ਼ਰਾ ਔਰ ਬਤਾਈਓ। ਕਿਆ ਬਾਤ ਕਰ ਰਹੇ ਹੋ ਭਾਜੀ, ਆਪਨੇ ਫ੍ਰੈਂਡਸ ਨਹੀਂ ਦੇਖੀ ਅੱਜ ਤੱਕ? ਕੌਨ ਸੀ ਦੁਨੀਆ ਮੇਂ ਰਹਿ ਰਹੇ ਹੋ? ਓ ਖੋਤੇ ਨਹੀਂ ਦੇਖੀ, ਇਸ ਲਈ ਤੋ ਪੁੱਛ ਰਹਾ ਹੂੰ। ਭਾਈ, ਇਹ ਦੁਨੀਆ ਕੇ ਸਭ ਸੇ ਫੇਮਸ ਸ਼ੋਅਜ਼ ਮੇਂ ਸੇ ਇੱਕ ਹੈ। ਇਸ ਕੇ ਕੈਰੇਕਟਰਸ, ਇਸ ਕੀ ਕਾਮੇਡੀ, ਇਸ ਕੇ ਮੀਮਸ ਅੱਜ ਕੱਲ ਇਤਨੇ ਫੇਮਸ ਹੈ। ਭਾਈ, ਕਹਤੇ ਹੈ ਅਗਰ ਸਾਰੇ ਪਲੇਟਫਾਰਮ ਕੇ ਵਿਊਜ਼ ਕੋ ਮਿਲਾ ਕੇ ਦੇਖੇ ਨਾ ਤੋ 100 ਬਿਲੀਅਨ ਸੇ ਜ਼ਿਆਦਾ ਉੱਪਰ ਵਿਊਜ਼ ਹੈ ਇਸ ਕੇ। ਭਾਈ, ਇਨਕਾ ਜੋ ਕਾਫੀ ਸ਼ੋਪ ਥਾ, ਉਸਕਾ ਸਟੂਡੀਓ ਟੂਰ ਲੈਣੇ ਕੇ ਲਈ ਲੱਖੋਂ ਲੋਕ ਜਾਤੇ ਹੈ ਹਰ ਸਾਲ। ਇੱਕ ਇਰਾਨੀਅਨ ਬਿਜ਼ਨਸਮੈਨ ਨੇ ਪੂਰੀ ਦੁਨੀਆ ਮੇਂ 32 ਫ੍ਰੈਂਚਾਈਜ਼ੀਆਂ ਖੋਲ ਰੱਖੀ ਹੈ ਸੈਂਟਰਲ ਪਾਰਕ ਕੀ। ਭਾਈ, ਇੰਡੀਆ ਮੇਂ ਵੀ 6-6 ਕੈਫੇ ਹੈ ਫ੍ਰੈਂਡਸ ਕੇ ਥੀਮ। ਓ ਮਤਲਬ ਯਾਰ, ਪੂਰੀ ਦੁਨੀਆ ਮੇਂ ਜਲਵਾ ਹੈ ਇਨਕਾ ਤੋ। ਹਾਂ, ਤੇਰੇ ਜੈਸੇ ਕੁਝ ਕਮੀ ਖੋਤੇ ਹੈ ਜੋ ਅਨਜਾਨ ਹੈ ਇਸਸੇ। ਓਏ ਸ਼ਟ ਅਪ, ਦੇਰ ਆਏ ਦੁਰਸਤ ਆਏ। ਓ ਅੱਛਾ, ਇਹ ਸ਼ੋਅ ਹੈ ਕਬ ਕਾ? ਭਾਈ, ਇਸਕੇ 10 ਸੀਜ਼ਨ ਤੇ 1994 ਸੇ ਲੇ ਕੇ 2004 ਤੱਕ। ਓ ਯਾਰ, ਫਿਰ ਇਹ ਕਾਫੀ ਪੁਰਾਣਾ ਸਾ ਸ਼ੋਅ ਨਹੀਂ ਹੋ ਗਿਆ? ਅਭੀ ਰਿਲੇਟ ਕਰ ਪਾਏਂਗੇ ਇਸਸੇ? ਭਾਈ, ਜੈਸੇ ਦੋਸਤੀ ਹਮੇਸ਼ਾ ਰੈਲੇਵੈਂਟ ਰਹੇਗੀ, ਫ੍ਰੈਂਡ ਸ਼ੋਅ ਵੀ ਹਮੇਸ਼ਾ ਰੈਲੇਵੈਂਟ ਰਹੇਗਾ। ਓ ਹਾਂ, ਤੇਰੇ ਐਸਾ ਕਮੀਨਾ ਔਰ ਪਿਆਰਾ ਦੋਸਤ ਤੋ ਹਮੇਸ਼ਾ ਹੀ ਰਹੇਗਾ। ਔਰ ਇਹ ਸ਼ੋਅ ਫਿਲਹਾਲ ਨੈਟਫਲਿਕਸ ਪੇ ਅਵੇਲੇਬਲ ਹੈ ਤੋ ਵਹਾਂ ਦੇਖ ਸਕਤੇ ਹੋ ਆਪ। ਵੈਸੇ ਟੋਟਲ 236 ਐਪੀਸੋਡਸ ਹੈ 22-22 ਮਿੰਟ ਕੇ, ਲੇਕਿਨ ਕਬ ਸ਼ੋਅ ਨਿਕਲ ਜਾਏਗਾ ਆਪਕੋ ਪਤਾ ਵੀ ਨਹੀਂ ਚਲੇਗਾ। ਔਰ ਬਹੁਤ ਮਜ਼ਾ ਆਨੇ ਵਾਲਾ ਹੈ ਆਪਕੋ ਸ਼ੋਅ ਦੇਖ। ਭਾਈ, ਇਤਨੀ ਨੈਚੁਰਲ ਕਾਮੇਡੀ ਹੈ, ਰੋਮਾਂਸ ਹੈ ਔਰ ਫ੍ਰੈਂਡਸ਼ਿਪ ਜੋ ਦਿਖਾਈ ਹੈ ਨਾ 6ਓ ਕੇ ਬੀਚ ਮੇਂ ਔਰ ਕੈਰੇਕਟਰਸ ਕੇ ਬੀਚ ਮੇਂ ਜੋ ਬੌਂਡ ਹੈ ਨਾ, ਵੋ ਦੇਖ ਕੇ ਕਹੀਂ ਨਾ ਕਹੀਂ ਆਪਕੋ ਪੁਰਾਣੇ ਦੋਸਤ ਯਾਦ ਆ ਜਾਏਂਗੇ ਔਰ ਆਪਕੇ ਆਂਖੋਂ ਮੇਂ ਕਈ ਵਾਰ ਆਂਸੂ ਵੀ ਆ ਜਾਏਂਗੇ। ਓ ਹਾਂ ਯਾਰ, ਰੀਯੂਨੀਅਨ ਕਾ ਜੋ ਮੈਂ ਐਪੀਸੋਡ ਦੇਖਾ, ਵੋ ਵੀ ਕਾਫੀ ਇਮੋਸ਼ਨਲ ਥਾ। ਔਰ ਇਹ ਸਾਰੇ ਐਕਟਰੋਂ ਕੋ ਦੇਖ ਕੇ ਲੱਗ ਰਹਾ ਥਾ ਇਨਕੇ ਬੀਚ ਮੇਂ ਆਜ ਵੀ ਵਹੀ ਦੋਸਤੀ ਹੈ, ਆਜ ਵੀ ਵਹੀ ਬੌਂਡ ਹੈ। ਔਰ ਭਾਈ, ਜੋ ਇਸ ਐਪੀਸੋਡ ਮੇਂ ਪੁਰਾਣੇ ਐਪੀਸੋਡੋ ਕੀ ਝਲਕ ਦੇਖ ਰਹਾ ਥਾ ਮੈਂ, ਭਾਈ ਦੇਖ ਕੇ ਬੜਾ ਮਜ਼ਾ ਆਇਆ। ਸਪੈਸ਼ਲੀ ਵੋ ਚੈਂਡਰ ਜੋ ਹੈ ਨਾ ਭਾਈ, ਉਸਕੇ ਜੋਕਸ ਤੋ ਕਮਾਲ ਹੈ। ਔਰ ਵੋ ਗਾਨਾ ਵੀ ਬੜਾ ਪਸੰਦ ਆਇਆ ਯਾਰ, ਬਦਬੂਦਾਰ ਬਿੱਲੀ। ਉਹ ਬਦਬੂਦਾਰ ਬਿੱਲੀ ਨਹੀਂ, ਖੋਤੇ ਸਮੈਲੀ ਕੈਟ। ਓ ਵਨ ਐਂਡ ਦਾ ਸੇਮ ਥਿੰਗ। ਔਰ ਹਾਂ, ਸ਼ੋਅ ਦੇਖਨੇ ਕੇ ਬਾਅਦ ਨਾ ਆਪਕੀ ਜੋ ਟੂਟੀ ਫੁੱਟੀ ਇੰਗਲਿਸ਼ ਹੈ, ਇਹ ਵੀ ਥੋੜੀ ਇੰਪਰੂਵ ਹੋ ਸਕਦੀ ਹੈ, ਕਿਉਂਕਿ ਕਾਫੀ ਲੋਕ ਨਾ ਇਸਕੋ ਯੂਜ਼ ਕਰਤੇ ਹੈ ਆਪਣੀ ਇੰਗਲਿਸ਼ ਕੋ ਇੰਪਰੂਵ ਕਰਨੇ ਕੇ ਲਈ। ਅੱਛਾ, ਦੈਟ ਇਜ਼ ਅ ਵੈਰੀ ਗੁੱਡ ਪੁਆਇੰਟ। ਹਾਂ, ਤੋ ਇੰਤਜ਼ਾਰ ਕਿਸਕਾ ਕਰ ਰਹੇ ਹੋ? ਨੈਟਫਲਿਕਸ ਲਗਾਓ ਔਰ ਸ਼ੁਰੂ ਹੋ ਜਾਓ। ਓ ਯਾਰ, ਤੇਰੀ ਭਾਬੀ ਕੇ ਸਾਥ ਦੇਖੂ ਜਾਂ ਕੱਲਾ ਦੇਖੂ? ਯਾਰ, ਆਪ ਭਾਬੀ ਕੇ ਸਾਥ ਵੀ ਦੇਖ ਸਕਤੇ ਹੋ, ਦੋਸਤੋ ਕੇ ਸਾਥ ਵੀ ਦੇਖ ਸਕਤੇ ਹੋ। ਓ ਯਾਰ, ਤੋ ਫਿਰ ਲੱਕੀ ਔਰ ਸੰਨੀ ਕੋ ਲੈ ਕੇ ਤੂੰ ਸ਼ਾਮ ਕੋ ਆ ਜਾ ਔਰ ਅੰਗਰੇਜ਼ੀ ਸ਼ੋਅ ਹੈ ਤੋ ਅੰਗਰੇਜ਼ੀ ਲੈ ਕੇ ਆਈਓ। ਹਾਂ, ਇਹ ਕਰ ਸਕਤੇ ਹੈ। ਇਹ ਫ੍ਰੈਂਡਸ ਕਾ ਨਾਮ ਮੇਰੇ ਕੋ ਸੁਣ ਕੇ ਨਾ ਦੁਬਾਰਾ ਸੇ ਮਨ ਕਰ ਗਿਆ, ਮੈਂ ਤੋ ਇਸਕੋ 10 ਬਾਰ ਦੇਖ ਸਕਤਾ ਹੂੰ। ਚਲ ਓਕੇ, ਫਿਰ ਸ਼ਾਮ ਨੂੰ ਮਿਲਦੇ ਹੈ। ਓਕੇ, ਟਾਟਾ, ਬਾਏ।